ਮੇਰਾ ਸਤਿਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ, ਵੀਡੀਓ ਨੂੰ ਸ਼ੇਅਰ ਕਰਿਓ ਜੀ। ਸਾਧ ਸੰਗਤ, ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ, ਇਹ ਬੇਨਤੀਆਂ ਅਤਿ ਜ਼ਰੂਰੀ ਹੈ। ਗੁਰਮੁਖ ਪਿਆਰਿਓ, ਵਿਆਹ ਤੋਂ ਬਾਅਦ ਆਪਣੀਆਂ ਧੀਆਂ ਨੂੰ ਕਿਹੜੀਆਂ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ, ਆਪਾਂ ਇਸ ਵਿਸ਼ੇ 'ਤੇ ਬੇਨਤੀਆਂ ਕੁਝ ਕੁ ਸਾਂਝੀਆਂ ਕਰਾਂਗੇ। ਪਹਿਲਾਂ ਤਾਂ ਫਤਿਹ ਬੁਲਾਓ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ, ਧੀ ਬਹੁਤ ਅਨਮੋਲ ਤੋਹਫ਼ਾ ਹੁੰਦੀ ਹੈ ਅਤੇ ਇਹ ਤੋਹਫ਼ਾ ਪਰਮਾਤਮਾ ਕੁਝ ਕੁ ਲੋਕਾਂ ਨੂੰ ਦਿੰਦਾ, ਕਰਮਾਂ ਵਾਲੇ ਲੋਕਾਂ ਨੂੰ ਹੀ ਬਖਸ਼ਿਸ਼ ਕਰਦਾ ਹੈ, ਹਰੇਕ ਦੇ ਵੱਸ ਦੀ ਗੱਲ ਕੋਈ ਨਹੀਂ ਹੈਗੀ। ਸਾਧ ਸੰਗਤ, ਕਈ ਮੰਗਦੇ ਨੇ ਵੀ ਸਾਡੇ ਕੋਲ ਹੋਵੇ, ਕਈ ਜਿਹੜੇ ਨੇ ਕਹਿੰਦੇ ਨੇ ਵੀ ਸਾਡੇ ਕੋਲ ਹੋਵੇ ਹੀ ਨਾ। ਕਈ ਤਾਂ ਧੀਆਂ ਨੂੰ ਸਿਰਾਂ ਦਾ ਤਾਜ ਸਮਝਦੇ ਆ ਅਤੇ ਕਈ ਧੀਆਂ ਨੂੰ ਜਿਹੜਾ ਹੈ ਬਦਨਾਮੀ ਦਾ ਟੋਕਰਾ ਸਮਝਦੇ ਆ। ਮੈਨੂੰ ਮਾਫ ਕਰਿਓ, ਇਹ ਸ਼ਬਦ ਜਿਹੜਾ ਹੈ ਉਹ ਕਹਿਣਾ ਪੈ ਰਿਹਾ ਹੈ। ਸਾਧ ਸੰਗਤ, ਇਹ ਅਲੱਗ ਅਲੱਗ ਸੋਚ ਹੈ ਸਾਡੇ ਸਮਾਜ ਦੀ, ਇਹ ਸੋਚ ਨੂੰ ਬਦਲਿਆ ਨਹੀਂ ਜਾ ਸਕਦਾ, ਕੋਈ ਵਿਰਲਾ ਹੀ ਹੈ ਜੋ ਇਸ ਸੋਚ ਨੂੰ ਬਦਲ ਦੇ। ਚਲੋ ਖੈਰ, ਇਹ ਅਲੱਗ ਵਿਸ਼ਾ ਸੀ, ਪਰ ਬੇਟੀਆਂ ਨੂੰ ਜਦੋਂ ਜਨਮ ਹੁੰਦਾ ਉਦੋਂ ਤੋਂ ਹੀ ਕਿਹਾ ਜਾਣ ਲੱਗ ਜਾਂਦਾ ਕਿ ਇਹ ਬੇਗਾਨਾ ਧਨ ਨੇ, ਇਹਨੇ ਬੇਗਾਨੇ ਘਰ ਜਾਣਾ, ਇਹ ਬੇਗਾਨੇ ਘਰ ਦੀ ਅਮਾਨਤ ਹੈ। ਸਾਧ ਸੰਗਤ, ਇਹ ਬੇਗਾਨੀ ਹੈ, ਇਹਨੇ ਬੇਗਾਨੇ ਘਰ ਬੇਗਾਨੇ ਹੱਥਾਂ ਦੇ ਵਿੱਚ ਚੱਲਿਆ ਜਾਣਾ ਹੈ। ਇਹ ਤਾਂ ਸ਼ੁਰੂ ਤੋਂ ਹੀ ਚੱਲਿਆ ਆਇਆ, ਇਹ ਤਾਂ ਰਾਜੇ ਰਾਣੀਆਂ ਨੇ ਨਹੀਂ ਰੱਖੀਆਂ, ਇਹ ਤਾਂ ਜੀ ਇੰਝ ਹੀ ਹੈ, ਇਹ ਤਾਂ ਐਵੇਂ ਚੱਲਦਾ ਆਇਆ ਅਤੇ ਇੱਦਾਂ ਹੀ ਮਤਲਬ ਸਿਸਟਮ ਜਿਹੜਾ ਹੈ ਉਹ ਕੀਤਾ ਜਾਂਦਾ, ਕ੍ਰੇਟਅਪ, ਇੱਦਾਂ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਵੇਖਦੇ ਹਾਂ। ਖੈਰ, ਸਾਧ ਸੰਗਤ, ਜਦੋਂ ਇੱਕ ਧੀ ਵਿਆਹੁਣ ਯੋਗ ਹੋ ਜਾਂਦੀ ਹੈ, ਉਹਨੂੰ ਵਿਆਹ ਦਿੱਤਾ ਜਾਂਦਾ ਅਤੇ ਉਹ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਅਤੇ ਉੱਥੇ ਜਾ ਕੇ ਉਹਨੂੰ ਨਵੇਂ ਪਰਿਵਾਰ ਦੇ ਵਿੱਚ ਐਡਜਸਟਮੈਂਟ ਕਰਨਾ ਪੈਂਦਾ, ਨਵੇਂ ਪਰਿਵਾਰ ਦੇ ਵਿੱਚ ਉਹ ਫਿਰ ਉੱਠਦੀ ਬੈਠਦੀ ਹੈ, ਨਵੇਂ ਪਰਿਵਾਰ ਦੇ ਵਿੱਚ ਜਿਹੜੇ ਸਾਗ ਸੰਬੰਧ ਨੇ ਉਹ ਉਹਨੂੰ ਬਣਾਉਣੇ ਪੈਂਦੇ ਨੇ, ਉਹ ਉਹਨੂੰ ਇਖਤਿਆਰ ਕਰਨੇ ਪੈਂਦੇ ਨੇ। ਸਾਧ ਸੰਗਤ, ਬੇਨਤੀ ਕਰਦੇ ਹਾਂ, ਹੁਣ ਮੰਨਿਆ ਜਾਂਦਾ ਹੈ ਕਿ ਜਦੋਂ ਧੀਆਂ ਦਾ ਵਿਆਹ ਕਰ ਦਿੱਤਾ ਜਾਂਦਾ, ਆਪਣੀਆਂ ਬੇਟੀਆਂ ਨੂੰ ਦੂਜੇ ਘਰ ਭਾਵ ਉਹਨਾਂ ਦੇ ਸਹੁਰੇ ਘਰ ਤੋਰ ਦਿੱਤਾ ਜਾਂਦਾ, ਉਦੋਂ ਕਹਿੰਦੇ ਕਿਹੜੀਆਂ ਕਿਹੜੀਆਂ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ। ਅਤੇ ਹਾਲਾਂਕਿ ਚਾਹੇ ਇਹਨੂੰ ਦਾਜ ਦੇ ਵਿੱਚ ਸਮਝ ਲਓ ਵੀ ਨਹੀਂ ਦੇਣੀਆਂ ਚਾਹੀਦੀਆਂ, ਜਾਂ ਫਿਰ ਸਪੈਸ਼ਲ ਤੌਰ 'ਤੇ ਇਹ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ, ਮੰਨਿਆ ਜਾਂਦਾ, ਪਰ ਆਪਾਂ ਸਪਸ਼ਟੀਕਰਨ ਬਾਅਦ 'ਚ ਕਰਾਂਗੇ। ਕਹਿੰਦੇ ਨੇ ਵੀ ਜਦੋਂ ਆਪਣੇ ਪੇਕੇ ਘਰ ਤੋਂ ਕੋਈ ਵੀ ਜਿਹੜੀ ਹੈ ਅਚਾਰ ਵਗੈਰਾ ਜਿਹੜਾ ਹੈ ਉਹ ਨਹੀਂ ਭੇਜਣਾ ਚਾਹੀਦਾ, ਨਹੀਂ ਦੇਣਾ ਚਾਹੀਦਾ, ਕਿਸੇ ਵੀ ਪ੍ਰਕਾਰ ਦਾ ਕੋਈ ਅਚਾਰ, ਖੱਟਾ ਵਗੈਰਾ ਕੁਝ ਵੀ ਚੀਜ਼ ਹੋਵੇ ਉਹ ਨਹੀਂ ਦੇਣਾ ਚਾਹੀਦਾ। ਇਹ ਸਾਡੇ ਪੰਜਾਬ ਦੇ ਵਿੱਚ ਮੈਂ ਕਈ ਥਾਵਾਂ 'ਤੇ ਵੇਖਿਆ ਹੈ, ਕਹਿੰਦੇ ਜਦੋਂ ਪਹਿਲੀ ਵਾਰ ਕੋਈ ਰਿਸ਼ਤੇਦਾਰ ਘਰ ਆਵੇ ਉਹਨੂੰ ਕਹਿੰਦੇ ਅਚਾਰ ਤਾਂ ਦੇਈਦਾ ਨਹੀਂ ਹੁੰਦਾ ਬਿਲਕੁਲ ਵੀ। ਮੈਂ ਕਿਹਾ ਵੀ ਕਿਉਂ? ਕਹਿੰਦੇ ਜੀ ਰਿਸ਼ਤੇਦਾਰੀ ਖੱਟੀ ਹੋ ਜਾਂਦੀ ਹੈ। ਮੈਂ ਕਿਹਾ ਵੀ ਅਚਾਰ ਨਾਲ ਰਿਸ਼ਤੇਦਾਰੀ ਖੱਟੀ ਹੋ ਜਾਂਦੀ ਹੈ ਕਿ ਗੱਲਾਂ ਬਾਤਾਂ ਨਾਲ ਰਿਸ਼ਤੇਦਾਰੀ ਖੱਟੀ ਹੁੰਦੀ ਹੈ? ਮੈਨੂੰ ਤਾਂ ਅੱਜ ਪਤਾ ਲੱਗਿਆ
ਵੀ ਚਾਰ ਕਹਿੰਦੇ ਜੀ ਪਹਿਲੀ ਵਾਰ ਨਹੀਂ ਦੇਣਾ ਹੁੰਦਾ, ਉਸ ਤੋਂ ਬਾਅਦ ਦੇਈ ਚੱਲੋ ਚਾਰ ਜਿੰਨਾ ਮਰਜ਼ੀ। ਮੈਂ ਕਿਹਾ ਵੀ ਹੈਰਾਨੀ ਦੀ ਗੱਲ ਹੈ ਵੀ ਇਹ ਵੀ ਸਾਰਾ ਸਿਸਟਮ ਹੈਗਾ ਪੰਜਾਬ ਦੇ ਵਿੱਚ। ਮੈਂ ਤਾਂ ਸੋਚਿਆ ਸੀ ਵੀ ਅਪਡੇਟ ਹੋ ਗਏ ਸਾਰੇ ਲੋਕ ਸਾਡੇ। ਕਹਿੰਦੇ ਨਾ ਵੀ ਇਹ 21ਵੀਂ ਸਦੀ ਹੈ, ਜਿੰਨੀ 21ਵੀਂ ਸਦੀ ਆ ਗਈ ਲੋਕ ਵਹਿਮਾਂ ਭਰਮਾਂ 'ਚ ਵੜ ਗਏ, ਬਾਬਿਆਂ ਦੇ ਉੱਤੇ ਵਿਸ਼ਵਾਸ ਕਰਨ ਲੱਗ ਪਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਭਰੋਸਾ ਉੱਡ ਗਿਆ। ਮੈਂ ਕਹਿੰਦਾ ਪਿਛਲਾ ਸਮਾਂ ਠੀਕ ਸੀ 20ਵੀਂ ਸਦੀ ਦੇ ਵਿੱਚ, 1900 ਤੋਂ ਕੁਛ ਜਿਹੜਾ ਆਪਾਂ ਸਮਾਂ ਵੇਖਦੇ ਹਾਂ ਪੰਜਾਬ ਦੀ ਵੰਡ ਤੋਂ ਲੈ ਕੇ ਉਸ ਤੋਂ ਬਾਅਦ ਦਾ ਸਮਾਂ 84 ਤੱਕ 95-95 ਤੱਕ, ਉਹ ਸਮਾਂ ਸੀ ਪੱਗਾਂ ਵਾਲਿਆਂ ਦਾ, ਦਾੜੀਆਂ ਵਾਲਿਆਂ ਦਾ, ਕੇਵਲ ਗੁਰੂ ਨੂੰ ਮੰਨਣ ਵਾਲਿਆਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦਾ। ਆ ਉਸ ਤੋਂ ਬਾਅਦ ਹੀ ਚੱਲਿਆ ਫਿਰ ਡੇਰਾਬਾਦ, ਕੁਛ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਬਹਿ ਗਿਆ, ਜੋ ਕੁਛ ਹੋਇਆ ਉਹ ਸਾਰਾ ਕੁਛ ਇਹਨਾਂ ਨੇ ਪੰਥ ਦਰਦੀਆਂ ਨਹੀਂ ਕਰਵਾਇਆ। ਅੱਜ ਜਿਹੜੇ ਲੋਕ ਰੋ ਰੋ ਕੇ ਕਹਿੰਦੇ ਆ ਸਾਡਾ ਇਹ ਹਾਲ ਹੋ ਗਿਆ, ਉਹ ਤਾਂ ਫਿਰ ਹੋਣਾ ਹੀ ਸੀ। ਚਲੋ ਖੈਰ ਅਲੱਗ ਵਿਸ਼ਾ। ਸਾਧ ਸੰਗਤ, ਮੈਂ ਸੁਣਿਆ ਸੀ ਕਹਿੰਦੇ ਵੀ ਰਿਸ਼ਤੇਦਾਰੀ 'ਚ ਅਚਾਰ ਨਹੀਂ ਦਿੰਦੇ ਅਤੇ ਆਪਣੀ ਬੇਟੀ ਨੂੰ ਪੇਕੇ ਘਰ ਤੋਂ ਅਚਾਰ ਕਦੀ ਨਹੀਂ ਦੇਣਾ, ਸਹੁਰੇ ਜਾਣ ਵੇਲੇ ਲੈ ਕੇ ਵੀ ਨਹੀਂ ਜਾਣਾ, ਕਹਿੰਦੇ ਰਿਸ਼ਤੇਦਾਰੀ 'ਚ ਫਰਕ ਪੈ ਜਾਂਦਾ। ਸੁਣਿਆ ਜੀ, ਇੱਦਾਂ ਮੰਨਿਆ ਵੀ ਜਾਂਦਾ। ਚਲੋ ਦੂਜੀ ਗੱਲ, ਕਿਉਂਕਿ ਰਿਸ਼ਤਿਆਂ ਦੇ ਵਿੱਚ ਖਟਾਸ ਉਤਪੰਨ ਹੋ ਜਾਂਦੀ ਹੈ, ਇਸ ਕਰਕੇ ਕਹਿੰਦੇ ਵੀ ਖੱਟਾ ਤਾਂ ਕੋਈ ਚੀਜ਼ ਵਰਤਣੀ ਹੋਣੀ ਹੈਗੀ। ਜਿਸ ਘਰ ਦੇ ਵਿੱਚ ਬੇਟੀ ਨੂੰ ਅਚਾਰ ਦਿੱਤਾ ਜਾਂਦਾ ਹੈ, ਉਸ ਘਰ ਦੇ ਵਿੱਚ ਬੇਟੀ ਕਦੀ ਵੀ ਸੁਖੀ ਨਹੀਂ ਰਹਿ ਸਕਦੀ। ਉਹਨੂੰ ਕਹਿੰਦੇ ਮਾਨਸਿਕ, ਸਰੀਰਕ ਜਾਂ ਫਿਰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ, ਇਹ ਮੰਨਿਆ ਜਾਂਦਾ ਅਤੇ ਇਹ ਚੀਜ਼ਾਂ ਕਹਿੰਦੇ ਨਹੀਂ ਕਰਨੀਆਂ ਚਾਹੀਦੀਆਂ। ਸੋ ਸਾਧ ਸੰਗਤ, ਮੈਂ ਇੱਕ ਗੱਲ ਨੋਟ ਕੀਤੀ ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ, ਬੀਬੀਆਂ, ਮਾਤਾਵਾਂ, ਭੈਣਾਂ, ਉਹ ਅੱਜ ਵੀ ਇਹ ਗੱਲ ਨੂੰ ਮੰਨਦੀਆਂ ਨੇ, ਉਹ ਇਹ ਚੀਜ਼ ਨੂੰ ਨੋਟ ਕਰਦੀਆਂ ਨੇ। ਚਲੋ ਉਹਨਾਂ ਦੀ ਆਪਣੀ ਵੈਸੇ ਇੱਕ ਸੋਚ ਹੈ, ਪਰ ਇਹਨਾਂ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ, ਫਰਕ ਪੈਂਦਾ ਦਿਲ ਦੀਆਂ ਗੱਲਾਂ ਦੇ ਨਾਲ ਫਰਕ ਪੈਂਦਾ, ਅਤੇ ਜਦੋਂ ਅਗਲਾ ਸਾਹਮਣੇ ਵਾਲਾ ਬੰਦਾ ਅਹਿਸਾਸ ਕਰਾਵੇ ਅਤੇ ਉਦੋਂ ਫਰਕ ਪੈਂਦਾ ਹੁੰਦਾ। ਰਿਸ਼ਤੇਦਾਰੀਆਂ ਦੇ ਵਿੱਚ ਇਹ ਉੱਦਾਂ ਫਰਕ ਨਹੀਂ ਪੈਂਦਾ ਵੀ ਅਚਾਰ ਦੇ ਦਿੱਤਾ ਜੀ, ਖਟਾਸ ਆ ਗਈ, ਇਹ ਹੋ ਗਿਆ, ਉਹ ਇੱਦਾਂ ਨਹੀਂ ਕੁਛ ਹੁੰਦਾ ਜੇ ਆਪਾਂ ਵੇਖੀਏ। ਅਤੇ ਅੱਜ ਇੱਕ ਗੱਲ ਇਹ ਵੀ ਹੈ, ਅਸੀਂ ਬਾਹਰੀ ਚੀਜ਼ਾਂ ਖਟਾਸ 'ਤੇ ਨਿਰਭਰ ਹੋ ਗਏ, ਪਰ ਜਿਹੜੀ ਅੰਦਰ ਖਟਾਸ ਹੈ ਉਹਦੇ ਬਾਰੇ ਕਦੇ ਅਸੀਂ ਗੌਰ ਹੀ ਨਹੀਂ ਕੀਤਾ, ਅੰਦਰ ਜਿਹੜੀ ਖਟਾਸ ਹੈ। ਹੁਣ ਇੱਕ ਬੰਦਾ ਜੇ ਆਪਣੇ ਮਨ ਦੇ ਵਿੱਚ ਉਹ ਖੱਟੇ ਵਿਚਾਰਾਂ ਨੂੰ ਘੋਲੀ ਜਾ ਰਿਹਾ ਹੈ, ਘੋਲੀ ਜਾ ਰਿਹਾ ਹੈ, ਅਤੇ ਫਿਰ ਉਹ ਚੀਜ਼ਾਂ 'ਤੇ ਅੱਗੇ ਜਾ ਕੇ ਫਿਰ ਆਪਾਂ ਨੂੰ ਪਤਾ ਹੀ ਹੈ ਵੀ ਕੀ ਰੂਪ ਲੈਣਗੀਆਂ। ਅਤੇ ਹਾਲਾਂਕਿ ਹੁਣ ਆਪਾਂ ਹਾਲੇ ਵੀ ਨਹੀਂ ਸਮਝੇ, ਫਿਰ ਨਹੀਂ ਗੱਲ ਬਣਨੀ। ਅਤੇ ਅੱਜ ਸਾਡੇ ਲੋਕ ਉਹ ਚੀਜ਼ ਨੂੰ ਲੈ ਕੇ ਚੱਲੇ ਹੋਇਆ, ਵਹਿਮਾਂ ਭਰਮਾਂ ਦਾ ਅੱਜ ਪਾਇਆ ਜਾਂਦਾ ਵੀ ਆਹ ਨਹੀਂ ਦੇਣਾ ਜੀ। ਔਰ ਪਿਆਰ ਦੇ ਵਿੱਚ ਕੋਈ ਵੀ ਚੀਜ਼ ਦਿੱਤੀ ਲੈਤੀ ਜਾ ਸਕਦੀ ਹੈ, ਉਹਦਾ ਕੋਈ ਤੋਲ ਮੋਲ ਨਹੀਂ ਹੁੰਦਾ। ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਪਿਆਰ ਵਿੱਚ ਦਿੱਤੀ ਜਾ ਸਕਦੀ ਹੁੰਦੀ ਹੈ, ਅਤੇ ਪਿਆਰਿਓ ਸਸਤੀ ਤੋਂ ਸਸਤੀ ਚੀਜ਼ ਬੰਦਾ ਕਦੇ ਨਹੀਂ ਦਿੰਦਾ ਹੁੰਦਾ। ਜਿਹਦਾ ਕੋਈ ਦੀਨ ਇਮਾਨ ਨਹੀਂ, ਜਿਹਦਾ ਕੋਈ ਦਿਲ ਨਹੀਂ ਹੈਗਾ, ਉਹ ਕਦੇ ਕੋਈ ਚੀਜ਼ ਨਹੀਂ ਦਿੰਦਾ ਹੁੰਦਾ। ਜਿਹਦਾ ਦਿਲ ਬਹੁਤ ਵੱਡਾ ਹੋਵੇ ਨਾ, ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਜੇ ਲੱਖਾਂ ਦੀ ਚੀਜ਼ ਹੈ ਤਾਂ ਕੋਈ ਗੱਲ ਨਹੀਂ, ਜਾਣ ਦਿਓ, ਅਸੀਂ ਨਹੀਂ ਰੱਖਣੀ। ਚੀਜ਼ਾਂ ਨਾਲ ਪਿਆਰ ਨਹੀਂ, ਰਿਸ਼ਤਿਆਂ ਵਿੱਚ ਪਿਆਰ ਹੋਣਾ ਚਾਹੀਦਾ। ਸਾਧ ਸੰਗਤ, ਪਰ ਪਹਿਲਾ ਸਮਾਂ ਸੀ ਜਦੋਂ ਧੀ ਦੇ ਘਰ ਦਾ ਪਾਣੀ ਤੱਕ ਨਹੀਂ ਪੀਤਾ ਜਾਂਦਾ ਸੀ, ਅੱਜ ਉਹ ਸਮੇਂ ਚੇਂਜ ਹੋ ਗਏ, ਉਹ ਗੱਲਾਂ ਗਈਆਂ। ਇਹ ਚੀਜ਼ਾਂ ਵੀ ਨਾਲ ਹੀ ਜਾਣਦੀਆਂ, ਪਰ ਅੱਜ ਜਿਹੜਾ ਰਿਸ਼ਤਿਆਂ ਦੇ ਵਿੱਚ ਖਟਾਸ ਆਉਣ ਦਾ, ਉਹ ਛੋਟੀ ਛੋਟੀ ਗੱਲ ਆਪਣੇ ਪੇਕੇ ਕਰਦੇ। ਪਹਿਲਾਂ ਹੁੰਦਾ ਸੀ ਸਮਾਂ
ਛੋਟੀ ਵੋਟੀ ਕੱਲ੍ਹ ਜੇ ਆਪਣੇ ਸਹੁਰੇ ਘਰ 'ਚ ਲੜਕੀ ਦੇ ਹੋ ਜਾਂਦੀ ਸੀ, ਉਹ ਚਿੱਠੀ ਲਿਖਦੀ ਸੀ, ਚਿੱਠੀ ਪਹੁੰਚਦੇ ਕਰਦੇ ਹਫ਼ਤਾ ਲੱਗਦਾ ਅਤੇ ਜਨ ਨੂੰ ਗੱਲ ਠੰਡੀ ਹੋ ਜਾਂਦੀ, ਗੁੱਸਾ ਠੰਡਾ ਹੋ ਜਾਂਦਾ ਸੀ, ਜਨ ਨੂੰ ਉਹਨਾਂ ਨੇ ਆਉਣਾ ਅਤੇ ਗੱਲਬਾਤ ਠੰਡੀ ਪੈ ਜਾਂਦੀ ਸੀ। ਅੱਜ ਇੱਕ ਫੋਨ ਹੈ, ਫੋਨ ਘੁਮਾਓ ਨਾਲ ਦੀ ਨਾਲ ਉਹ ਆ ਜਾਂਦੇ ਆ ਜੀ। ਲੋਕਲ ਹੁੰਦਾ ਸਾਰਾ ਪ੍ਰੋਗਰਾਮ ਜਿਹੜਾ 10-12 ਕਿਲੋਮੀਟਰ, ਵੱਧ ਤੋਂ ਵੱਧ 50 ਕਿਲੋਮੀਟਰ ਦੇ ਗੇੜ 'ਚ ਰਿਸ਼ਤੇ ਹੁੰਦੇ ਆ ਅਤੇ ਉੱਥੇ ਫਿਰ ਆ ਕੇ ਇੱਕਦਮ ਲੜਾਈ ਹੋ ਜਾਂਦੀ ਆ, ਝਗੜੇ ਹੋ ਜਾਂਦੇ ਆ, ਤਲਾਕ ਤੱਕ ਨੌਬਤਾਂ ਆ ਜਾਂਦੀਆਂ ਨੇ। ਅੱਜ ਇਹ ਸਿਸਟਮ ਬਣ ਗਿਆ, ਜਿੱਥੇ ਤਰੱਕੀ ਕੀਤੀ ਉੱਥੇ ਅਸੀਂ ਨੁਕਸਾਨ ਵੀ ਕੀਤਾ ਆਪਣੇ ਆਪ ਦਾ, ਗੁੱਸੇ ਪੇਸ਼ਿਸ਼ ਘੱਟ ਗਈ ਸਾਡੇ 'ਚੋਂ, ਇਹ ਗੱਲ ਨੋਟ ਕਰ ਲਿਓ। ਸੋ ਪਿਆਰ ਨਾਲ ਰਿਸ਼ਤੇ ਨਿਭਾਈਏ। ਵਾਹਿਗੁਰੂ ਜੀ ਕਾ ਖਾਲਸਾ।